ਸਵੇਚਾਰ ਰਾਜमंत्री ਮਿਨਾਕਸ਼ੀ ਲੇਖੀ ਨੇ ਕਿਹਾ ਕਿ ਦੇਸ਼ ਦੀ ਤਾਕਤ ਨੌਜਵਾਨ ਪੀੜੀ ਵਿੱਚ ਹੈ ਨਵੀਂ ਦਿੱਲੀ 'ਚ ਵਿਸ਼ਵ ਬਾਲ ਦਿਵਸ ਦੇ ਮੌਕੇ ਤੇ ਇਨੋਵੇਟ ਫਾਰ ਇਕਵੈਲਟੀ ਕਾਨਫਰੰਸ ਕਮ ਪ੍ਰਦਰਸ਼ਨੀ 'ਚ ਬੋਲਦਿਆਂ ਉਨਾ ਕਿ ਕਿ ਦੇਸ਼ ਦੀ ਸਭਿਆਚਾਰਕ ਪ੍ਰਣਾਲੀ ਹਰ ਕਿਸੇ ਨੂੰ ਸਿਖਾਉਂਦੀ ਹੈ ਕਿ ਜਦੋਂ ਖੋਜ ਅਤੇ ਨਵੀਨਤਾ ਦੀ ਗੱਲ ਆਉਂਦੀ ਹੈ ਤਾਂ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਵਿਕਾਸ ਲਈ ਨੌਜਵਾਨ ਵਿਦਿਆਰਥੀਆਂ ਦੀ ਬਰਾਬਰ ਦੀ ਭਾਗੀਦਾਰੀ ਜ਼ਰੂਰੀ ਹੈ। ਮੰਤਰੀ ਨੇ ਆਖੇ ਕਿ ਵੱਖ-ਵੱਖ ਸਮੱਸਿਆਵਾਂ ਦੇ ਵਿਗਿਆਨਕ ਹੱਲ ਲੱਭਣਾ ਅਤੇ ਜੀਵਨ ਦੀ ਸੌਖ ਨੂੰ ਉਤਸ਼ਾਹਿਤ ਕਰਨਾ ਤੇਜ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਵੇਗਾ। ਮਿਨਾਕਸ਼ੀ ਲੇਖੀ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਅੱਗੇ ਦਾ ਰਸਤਾ ਹੈ। ਉਨ੍ਹਾਂ ਕਿਹਾ ਕਿ ਖੋਜਕਰਤਾਵਾਂ, ਖੋਜਕਾਰਾਂ, ਸਰਕਾਰਾਂ ਤੇ ਨੌਜਵਾਨ ਦਿਮਾਗਾਂ ਸਮੇਤ ਸਾਰੇ ਹਿੱਸੇਦਾਰਾਂ ਨੂੰ ਕੁਸ਼ਲਤਾ ਲਈ ਇਕੱਠੇ ਹੋਣ ਦੀ ਲੋੜ ਹੈ। ਮੰਤਰੀ ਨੇ ਸਮਾਗਮ ਵਿੱਚ ਹਿੱਸਾ ਲੈਣ ਵለ ਪਾਰਤ ਪਰ ਦੇ ਨੌਜਵਾਨ ਖੋਜਕਾਰਾਂ ਨਾਲ ਗੂਲਮੇ ਚਰਚਾ ਵਿੱਚ ਹਿੱਸਾ ਲਿਆ। ਆਟੋ ਸੈਨੀਟਾਈਜੇਸ਼ਨ ਰੋਬੋਟ, ਇੱਕ ਟੈਂਪੋਰਲਿਨ ਜੋ ਬਿਜਲੀ ਪੈਦਾ ਕਰਦੀ ਹੈ, 스마트 ਹੈਲਮਟ ਅਤੇ ਨੇਤਰਹੀਨ ਵਿਅਕਤੀ ਲਈ 스마트 ਜੁੱਤੇ ਕੁਝ ਪ੍ਰਮੁੱਖ ਕਾਢਾਂ ਸਨ ਜੋ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਇੰਦਰਾ ਗਾਂਧੀ ਦ ਨੈਸ਼ਨਲ ਸੈਂਟਰ ਫਾਰ ਦ ਆਰਟਸ ਅਤੇ ਯੂਨੀਸੇਫ ਇੰਡੀਆ ਦੇ ਸਹਿਯੋਗ ਨਾਲ ਕਾਨਫਰੰਸ ਕਮ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ